ਮੈਂ ਇਹੀ ਕਹਿਣਾ ਚਾਹੂੰਗਾ ਜੀ, ਗਲਤੀਆਂ ਬੰਦਿਆਂ ਤੋਂ ਹੁੰਦੀਆਂ, ਸੋਰੀ ਫੀਲ ਕਰਦਾ। ਹੋਰ ਵੀ ਬਹੁਤ ਸਾਰੀਆਂ ਗਲਤੀਆਂ ਆਰਟਿਸਟ ਤੋਂ ਹੋ ਜਾਂਦੀਆਂ। ਗਾਇਕ ਗੁਰਨਾਮ ਭੁੱਲਰ ਅਤੇ ਉਸਦੇ ਇੱਕ ਫੈਨ ਵਿਚਕਾਰ ਹੋਏ ਵਿਵਾਦ ਨੂੰ ਲੈ ਕੇ ਬਲਾਕ ਭੀਖੀਵਿੰਡ ਅਧੀਨ ਆਉਂਦੇ ਪਿੰਡ ਚੇਲਾਂ ਵਿਖੇ ਆਪਣੇ ਫੈਨ ਰਾਜੂ ਵਿਦ ਨੂੰ ਮਿਲਣ ਪਹੁੰਚੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ। ਦੱਸਣਯੋਗ ਹੈ ਕਿ ਗਾਇਕ ਸੁਰਜੀਤ ਭੁੱਲਰ ਦੇ ਗ੍ਰਹਿ ਵਿਖੇ ਪਹੁੰਚੇ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਫੈਨਸ ਰਾਜੂ ਵੇਦੀ ਤੋਂ ਜਿੱਥੇ ਸੌਰੀ ਫੀਲ ਕੀਤੀ, ਉੱਥੇ ਉਹਨਾਂ ਕਿਹਾ ਕਿ ਮੇਰੇ ਇਸ ਦੇ ਨਾਲ ਕੋਈ ਵੀ ਰੰਜਿਸ਼ ਨਹੀਂ ਹੈ, ਲੇਕਿਨ ਜੋ ਵੀ ਮੈਂ ਆਪਣੇ ਫੈਨ ਰਾਜੂ ਵੇਦੀ ਨਾਲ ਵਤੀਰਾ ਕੀਤਾ ਉਸਦੇ ਲਈ ਮੈਂ ਦਿਲੋਂ ਸੌਰੀ ਫੀਲ ਕਰਦਾ। ਸਟੇਜ 'ਤੇ ਜਿਹੜਾ ਫੋਟੋ ਲੈ ਕੇ ਵਿਵਾਦ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਮੈਂ ਇਹੀ ਕਹਿਣਾ ਚਾਹੂੰਗਾ ਜੀ, ਗਲਤੀਆਂ ਬੰਦਿਆਂ 'ਤੇ ਹੁੰਦੀਆਂ, ਮੈਂ ਬਹੁਤ ਖੁਸ਼ ਹੋਇਆ ਵੀਰ ਨੂੰ ਮਿਲ ਕੇ। ਮੈਂ ਕਰਮਾ ਵਾਲਾ ਕਿ ਇਹੋ ਜਿਹੇ ਫੈਨ ਮੈਨੂੰ ਮਿਲੇ ਜਿਹੜੇ ਇੰਨਾ ਪਿਆਰ ਕਰਦੇ, ਅਤੇ ਸਭ ਤੋਂ ਜ਼ਿਆਦਾ ਥੈਂਕਸ ਸੁਰਜੀਤ ਭੁੱਲਰ ਭਾਈ ਦਾ। ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ, ਵਧੀਆ ਦੁਬਾਰਾ ਰੌਣਕ ਲੱਗੀ ਹੈ, ਮੇਲਾ ਦੁਬਾਰਾ ਬਣ ਗਿਆ, ਅਤੇ ਵੀਰ ਨੂੰ ਮੈਂ ਫਿਰ ਕਈ ਸੋਰੀ ਫੀਲ ਕਰਦਾ। ਹੋਰ ਵੀ ਬਹੁਤ ਸਾਰੀਆਂ ਗਲਤੀਆਂ ਆਰਟਿਸਟ ਤੋਂ ਹੋ ਜਾਂਦੀਆਂ, ਅਸੀਂ ਵੀ ਤੁਹਾਡੇ ਵਰਗੇ ਹੀ ਹਾਂ ਜੀ, ਜਿਵੇਂ ਤੁਹਾਡੇ ਤੋਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ, ਉਵੇਂ ਅਸੀਂ ਵੀ ਤੁਹਾਡੇ ਵਰਗੇ ਹਿਊਮਨ ਬੀਇੰਗ ਹਾਂ, ਇਨਸਾਨ ਹਾਂ, ਅਤੇ ਪਰ ਮੈਂ ਆਪਣੀ ਗਲਤੀ ਫੀਲ ਕਰਦਾ, ਇਸੇ ਕਰਕੇ ਵੀਰ ਨੂੰ ਮਿਲਣ ਆਇਆ, ਇਹਨਾਂ ਦੇ ਪਿੰਡ ਮਿਲਣ ਆਇਆ, ਅਤੇ ਅੱਗੇ ਤੋਂ ਮੈਂ ਭਾਜੀ ਨਾਲ ਵੀ ਪ੍ਰੋਮਿਸ ਕੀਤਾ, ਹੋਰ ਵੀ ਮੈਂ ਬਹੁਤ ਖਿਆਲ ਰੱਖੂੰਗਾ ਕਿ ਇਹੋ ਜਿਹੀਆਂ ਗਲਤੀਆਂ ਜਾਂ ਇੱਦਾਂ ਦਾ ਬਿਹੇਵੀਅਰ ਕਿਤੇ ਵੀ ਨਾ ਹੋਵੇ। ਉੱਥੇ ਹੀ ਦੂਜੇ ਪਾਸੇ ਇਸ ਸੰਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗਾਇਕ ਸੁਰਜੀਤ ਭੁੱਲਰ ਨੇ ਕਿਹਾ ਕਿ ਗਾਇਕ ਗੁਰਨਾਮ ਭੁੱਲਰ ਬਹੁਤ ਹੀ ਵਧੀਆ ਕਲਾਕਾਰ ਹੈ ਅਤੇ ਬੀਤੇ ਦਿਨੀ ਹੀ ਗੁਰਨਾਮ ਭੁੱਲਰ ਅਤੇ ਉਸਦੇ ਫੈਨ ਰਾਜੂ ਵੇਦੀ ਵਿਚਕਾਰ ਚੱਲ ਰਹੇ ਵਿਵਾਦ ਨੂੰ ਅੱਜ ਮੇਰੇ ਗ੍ਰਹਿ ਵਿਖੇ ਬੈਠ ਕੇ ਇਹਨਾਂ ਦੋਵਾਂ ਵਿਚਕਾਰ ਹੋਏ ਮਨ ਮੁਟਾਵ ਨੂੰ ਦੂਰ ਕਰ ਦਿੱਤਾ ਗਿਆ। ਇਸ ਲਈ ਮੈਂ ਸਾਰੇ ਸਰੋਤਿਆਂ ਦੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਗੁਰਨਾਮ ਭੁੱਲਰ ਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਅਤੇ ਮਾਣ ਸਤਿਕਾਰ ਦਿੱਤਾ ਜਾਵੇ। ਅਤੇ ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਗੁਰਨਾਮ ਭੁੱਲਰ ਨੂੰ, ਵੀਰਪਾਲ ਨੂੰ, ਹੋਰ ਵੀ ਜਿੰਨੇ ਬਹੁਤ ਵਾਰ ਸੱਜਣ ਘਰ ਆਏ ਸੀ, ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆਂ 'ਤੇ। ਇਹ ਜਿਹੜਾ ਸਾਡਾ ਇਹ ਬੱਚਾ ਸਾਡੇ ਇਲਾਕੇ ਦਾ ਵਾ, ਕਈ ਵਾਰ ਸਰੋਤੇ ਇੰਨੇ ਤੁਹਾਡੇ ਨਾਲ ਦਿਲੋਂ ਜੁੜੇ ਹੁੰਦੇ ਆ ਕਿ ਤੁਹਾਨੂੰ ਕਈ ਵਾਰ ਦੁਨੀਆਂ ਦੇ ਵਿੱਚ ਵਿਚਰਦੇ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਮੈਨੂੰ ਕਿੰਨਾ ਪਿਆਰ ਕਰਦਾ। ਅਤੇ ਗੁਰਨਾਮ ਜਿਹੜਾ ਉਹ ਸਾਡਾ ਛੋਟਾ ਵੀਰ ਆ, ਜੇ ਬੱਚਾ ਵਾ, ਹੌਲੀ ਹੌਲੀ ਜਿਉਂ ਜਿਉਂ ਅੱਗੇ ਉਹਨਾਂ ਦਾ ਸਫ਼ਰ ਗਾਇਕੀ ਦਾ ਜਾਊਗਾ, ਬਹੁਤ ਕੁਝ ਸਿੱਖਣਗੇ। ਅਤੇ ਅੱਜ ਇਹਨਾਂ ਦਾ ਬਹਾ ਕੇ ਆਪਸ ਵਿੱਚ ਮਨ ਮੁਟਾਵ ਕਰਤਾ ਵਾ, ਫੋਟੋ ਦਾ ਸੀ, ਮੈਂ ਕਿਹਾ ਭਾਵੇਂ 10 ਫੋਟੋਆਂ ਕਰਾ ਲਾ, ਵੀ ਕੋਈ ਗੱਲ ਨਹੀਂ। ਅਤੇ ਮੀਡੀਆ ਨੂੰ ਪੂਰੇ ਨੂੰ ਮੇਰੇ ਵੱਲੋਂ ਇੱਥੇ ਪਹੁੰਚਣ 'ਤੇ ਜੀ ਆਇਆ। ਬਾਕੀ ਮੈਂ ਲੋਕਾਂ ਨੂੰ ਸੰਦੇਸ਼ ਨਹੀਂ, ਕਈ ਲੋਕਾਂ ਦੀਆਂ ਭਾਵਨਾਵਾਂ ਕਲਾਕਾਰ ਦੇ ਨਾਲ ਇਸ ਤਰਫ ਜੁੜੀਆਂ ਹੁੰਦੀਆਂ ਵਾ ਕਿ ਉਹ ਸਾਡੇ ਤੋਂ ਇਹੋ ਜਿਹੀ ਚੀਜ਼ ਸੋਚਦੇ ਨੇ ਜਿਹੜੀ ਕਈ ਵਾਰ ਸਾਡੇ ਤੋਂ ਮਿਸਟੇਕ ਹੋ ਜਾਂਦੀ ਹੈ। ਅਤੇ ਮੈਂ ਸਾਰੇ ਉਸ ਸਰੋਤਿਆਂ ਨੂੰ ਜਿਹਨਾਂ ਨੂੰ ਗੁਰਨਾਮ ਭੁੱਲਰ ਵੱਲੋਂ ਕੋਈ ਠੇਸ ਪਹੁੰਚੀ ਹੋਵੇ, ਉਹਨਾਂ ਨੂੰ ਕਹਿੰਦਾ ਕਿ ਮੈਂ ਵੀ ਉਹਨਾਂ, ਮੇਰਾ ਇਹ ਛੋਟਾ ਵੀਰ ਹੈ, ਇਹਦੇ ਕਾਰਨ ਮੈਂ ਉਹਨਾਂ ਸਾਰੇ ਸਰੋਤਿਆਂ ਤੋਂ ਮਾਫ਼ੀ ਮੰਗਦਾ ਕਿ ਤੁਸੀਂ ਇਹਦੇ ਨਾਲ ਉਨਾ ਹੀ ਪਿਆਰ ਕਰੋ ਜਿੰਨਾ ਅੱਗੇ ਕਰਦੇ ਸੀ। ਇਸ ਬੱਚੇ ਦਾ ਵੀ ਸਾਡਾ ਪਿਆਰ ਆ, ਅਤੇ ਮੇਰੇ ਘਰ ਅੱਜ ਸਾਰਾ ਪਰਿਵਾਰ ਆਇਆ ਵਾ, ਗਾਇਕੀ ਪਰਿਵਾਰ ਆਇਆ, ਪੱਤਰਕਾਰ ਮੇਰਾ ਭਾਈਚਾਰਾ ਆਇਆ ਵਾ, ਸਾਰਿਆਂ ਨੂੰ ਜੀ ਆਇਆ। ਬਸ ਇਹਦੇ ਤੋਂ ਬੜਾ ਕੁਝ ਸਿੱਖਣ ਨੂੰ ਮਿਲੂਗਾ ਗੁਰਨਾਮ ਨੂੰ ਵੀ, ਹੋਰ ਲੋਕਾਂ ਨੂੰ ਵੀ, ਅਤੇ ਸਰੋਤੇ ਜਿਹੜੇ ਸਰੋਤਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੋ ਕਰਦੇ ਹੁੰਦੇ ਹੋ ਸਹੀ ਕਰਦੇ ਹੋ। ਕਈ ਵਾਰ ਕਲਾਕਾਰ ਤੋਂ ਸਟੇਜ 'ਤੇ ਬੋਲਦਿਆਂ ਬੜੀ ਮਿਸਟੇਕ ਹੋ ਜਾਂਦੀ ਹੈ, ਕਈ ਵਾਰ ਉਹਦੇ ਕੁਝ ਆਪਦੇ ਇਹੋ ਜਿਹੇ ਘਰੇ ਪ੍ਰੋਬਲਮ ਹੁੰਦੀ, ਜਦੋਂ ਸਟੇਜ 'ਤੇ ਆਉਂਦਾ ਤਾਂ ਉਹ ਤੁਹਾਡੇ ਨਾਲ ਹੱਸਦਾ ਹੁੰਦਾ, ਅੰਦਰ ਉਹਦਾ ਦਿਲ ਰੋ ਰਿਹਾ ਹੁੰਦਾ, ਅਤੇ ਉਹ ਤੋਂ ਕਈ ਵਾਰ ਗਲਤੀਆਂ ਹੋ ਜਾਂਦੀਆਂ। ਇਸ ਲਈ ਸਾਰਿਆਂ ਦਾ ਤੁਹਾਡਾ ਥੈਂਕ ਯੂ, ਤੁਸੀਂ ਫਿਰ ਵੀ ਜੁੜੇ ਹੋ, ਜੇ ਤੁਸੀਂ ਕੁਝ ਗਲਤ ਵੀ ਸਾਡੇ ਅੱਗੇ ਬੋਲਦੇ ਹੋ ਨਾ, ਉਹ ਸਾਡੀ ਸਿੱਖਣ ਵਾਲੀ ਚੀਜ਼ ਹੁੰਦੀ ਹੈ। ਥੈਂਕ ਯੂ ਥੈਂਕ ਸੋ ਮਚ। ਉੱਥੇ ਗੁਰਨਾਮ ਭੁੱਲਰ ਦੇ ਫੈਨ ਨੇ ਇਸ ਬਾਰੇ ਕੀ ਕਿਹਾ ਉਹ ਵੀ ਸੁਣਦੇ ਹਾਂ। ਰਾਜੂ ਜੀ, ਤੁਹਾਨੂੰ ਕਿਵੇਂ ਲੱਗ ਰਿਹਾ ਗੁਰਨਾਮ ਭੁੱਲਰ ਜੀ ਆ, ਜਿਨ੍ਹਾਂ ਦੇ ਤੁਸੀਂ ਬੜੇ ਤਗੜੇ ਫੈਨ ਹੋ, ਅੱਜ ਆਪਣੇ ਕੋਲ ਚੱਲ ਕੇ ਆਏ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਬਹੁਤ ਧੰਨਵਾਦ ਕਰਦਾ ਜੀ ਭੁੱਲਰ ਸਾਹਿਬ ਜੀ ਨੂੰ, ਜੀ ਵੀਰ ਹੋਣੀ ਮੇਰੇ ਕੋਲ ਆਏ ਨੇ, ਅੱਜ ਰੂਬਰੂ ਹੋਏ ਨੇ, ਬਹੁਤ ਧੰਨਵਾਦ ਕਰਦਾ ਜੀ। ਉਦਣ ਜਿਹੜਾ ਉਦਣ ਜਿਹੜਾ ਮਨ ਮੁਟਾਵ ਸੀਗਾ ਉਦਣ ਦਾ, ਜਿਹੜਾ ਅੱਜ ਮਿਲ ਗਏ ਆ ਤੁਹਾਨੂੰ, ਹੁਣੇ ਮਿਟ ਚੁੱਕਾ ਹੈ ਜੀ? ਹਾਂਜੀ, ਬਹੁਤ ਖੁਸ਼ੀ ਹੈ ਜੀ, ਮੈਂ ਗੁਰਨਾਮ ਭੁੱਲਰ ਭਾਈ ਮੇਰੇ ਪਿੰਡ ਹੀ ਆਏ ਹੋਏ ਨੇ, ਬਹੁਤ ਦਿਲ ਖੁਸ਼ੀ ਹੈ ਜੀ। ਹੁਣ ਪੰਜਾਬੀ ਗਾਇਕਾਂ ਵੱਲੋਂ ਮੁਆਫੀਆਂ ਦਾ ਦੌਰ ਸ਼ੁਰੂ ਹੈ। ਪਹਿਲਾਂ ਗਾਇਕਾਂ ਵੱਲੋਂ ਗਲਤੀਆਂ ਕਰਕੇ ਫੈਨ ਦਾ ਦਿਲ ਦਿਖਾਇਆ ਜਾਂਦਾ ਹੈ, ਪਰ ਬਾਅਦ ਵਿੱਚ ਵਿਰੋਧ ਹੋਣ ਤੋਂ ਬਾਅਦ ਮੁਆਫੀ ਵੀ ਮੰਗ ਲਈ ਜਾਂਦੀ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।